ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੇਰੇ ਭੈਣ ਭਾਈਓ ਅੱਲਾਹ ਤੁਹਾਨੂੰ ਜੀ ਫਿਰ ਸਾਡਾ ਦੁਬਾਰਾ ਫਿਰ ਤੁਹਾਡਾ ਆਪਣਾ ਚੈਨਲ ਮਨੀਰਾ ਅਤੇ ਫੈਮਿਲੀ ਵਲੌਗ ਜਾਂ ਸਬਸਕ੍ਰਾਈਬ ਕੀਤਾ ਨੂੰ ਸਬਸਕ੍ਰਾਈਬ ਕਰੋ ਜਿਹੜਾ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਸਾਡੇ ਹਰ ਵੇਲੇ ਨੋਟੀਫਿਕੇਸ਼ਨ ਮੇਰੇ ਭੈਣ ਭਾਈਆਂ ਤੱਕ ਬੜੇ ਤੋਂ ਪਹੁੰਚਦਾ ਰਹੇ। ਅੱਛਾ ਜੀ ਅੱਜ ਦੀ ਬੜੀ ਖੁਸ਼ੀ ਹੋ ਰਹੀ ਹੈ ਜੇ ਸਰਕਾਰ ਤੇ ਗਈ ਸੀ ਸਰਕਾਰ ਤੋਂ ਹੋ ਕੇ ਆਸ ਕੁਛ ਖਾਣੀ ਹੁਣ ਘਰ ਅਤੇ ਆ ਕੇ ਲੱਗੀ ਹੁਣ ਖਾਣੇ ਦੀ ਤਿਆਰੀ ਕਰ ਅਤੇ ਜੋ ਵੀ ਹੁਣ ਖਾਣ ਨਾਲ ਤਿਆਰ ਕਰਦੀ ਹਾਂ ਤੁਹਾਨੂੰ ਪਹਿਲਾਂ ਆਪਣੇ ਭੈਣ ਭਾਈਆਂ ਨਾਲ ਖੇਚਾ ਦੀਆਂ ਮੇਰੀ ਜੀ ਦੇ ਨਾਲ ਜੁੜੇ ਰਹਿਣਾ ਕਰਨਾ ਪੂਰੀ ਵਰਤ ਕਰਨਾ ਠੀਕ ਹੈ ਮੇਰੇ ਭੈਣ ਭਾਈਆਂ ਦਾ ਮੈਨੂੰ ਪਿਆਰ ਮੁਹੱਬਤ ਦੇਣ ਦਾ ਅਲਗਾਵ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਦੁਬਾਰਾ ਵਿਸ਼ਵਾਸ ਦੇਵੇ ਜੇ ਫਿਰ ਉਹ ਦੁਬਾਰਾ ਅਲਗਦਾ ਰੋਜ਼ਾ ਦੇਵੇ ਆਮੀਨ ਆਮੀਨ ਤਰ੍ਹਾਂ ਕਿਸੇ ਸਦਕੇ ਦਾ ਬੜਾ ਮੈਨੂੰ ਤੰਦਰੁਸਤੀ ਹੋ ਸਿਹਤ ਦੇਵੇ ਅਤੇ ਹੁਣ ਚੱਲਦੀ ਹਾਂ ਚੱਲ ਕੇ ਜਲਦੀ ਖਾਣਾ ਬਣਾਉਂਦੇ ਹਾਂ ਜਿਹੜੇ ਵੀ ਸ਼ਾਇਦ ਬਣਾਉਂਗੀ ਜਿਹਨੂੰ ਪਹਿਲਾਂ ਆਪਣੇ ਭੈਣ ਭਾਈਆਂ ਨੂੰ ਸਿਹਤ ਦੇਵੇ। ਅੱਛਾ ਜੀ ਅੱਜ ਲੱਗੀ ਮੈਂ ਖਾਣੇ ਵਿੱਚ ਬਣਾਉਣ ਆਲੂ ਲੈ ਕੇ ਆਉਂਦੇ ਸੀ ਆਲੂ ਇਸ ਤਰ੍ਹਾਂ ਹੁਣ ਧੋ ਕੇ ਲਿਆਉਂਦੇ ਹਾਂ ਅਤੇ ਮੇਰੇ ਬੇਟਾ ਇਹਨਾਂ ਨੂੰ ਰੱਖ ਕੇ ਨਾ ਮਾੜੇ ਮੈਨੂੰ ਆਲੂ ਧੋ ਕੇ ਲਿਆਉਂਦੇ ਕਿਉਂਕਿ ਮਿੱਟੀ ਕਾਫੀ ਇਹਨਾਂ ਨੂੰ ਲੱਗੀ ਹੋਈ ਆ ਅਤੇ ਫਿਰ ਇਹਨਾਂ ਨੂੰ ਬਣਾਉਂਦੀ ਹਾਂ ਮੈਂ ਅਤੇ ਲਸਣ ਜਿਹੜਾ ਉਹ ਮੇਰੀ ਮਿੱਟੀ ਨੂੰ ਛਿੱਲ ਕੇ ਮੇਰੇ ਉਹਨਾਂ ਨੂੰ ਰੱਖ ਦਿੱਤਾ ਸੀ ਅਤੇ ਨਾਲ ਪਿਆਜ਼ ਵੀ ਬਣਾਉਂਦੇ ਹਾਂ ਅਤੇ ਲੱਗੀ ਅੱਜ ਮੈਂ ਖਾਣੇ ਵਿੱਚ ਬਣਾਉਣ ਦੂਸਰਾ ਅੱਜ ਨਾਲ ਦੇ ਮਸਾਇਆ ਨੇ ਮੇਰੇ ਮਸਾਇਆ ਨੇ ਨਾ ਕੜੀ ਦੂਸਰਾ ਲੱਸੀ ਤਾਜ਼ੀ ਤਾਜ਼ੀ ਬਣਾਈ ਸੀ ਅਤੇ ਕਹਿੰਦੇ ਸੀ ਭਾਜੀ ਤਾਜ਼ੀ ਲੱਸੀ ਆ ਅਤੇ ਲੈ ਜਾਓ ਅਤੇ ਚਲੋ ਕੜੀ ਬਣਾ ਲਈਏ ਅਤੇ ਕੁਛ ਪੀਤੀ ਵੀ ਅਸੀਂ ਮਾਸ਼ਾਅੱਲਾ ਬਹੁਤ ਮਜ਼ੇਦਾਰ ਸੀਗੀ ਬਹੁਤ ਅੱਛੀ ਸੀਗੀ ਅਤੇ ਹੁਣ ਮੈਂ ਜਲਦੀ ਇਸ ਬੇਸਣ ਜਿਹੜਾ ਅੱਛੀ ਤਰ੍ਹਾਂ ਛਾਣ ਲੈਂਦੀ ਹਾਂ ਛਾਣ ਕੇ ਅਤੇ ਫਿਰ ਕੜੀ ਦਾ ਸਮਾਨ ਤਿਆਰ ਕਰਦੀ ਹਾਂ। ਮਰੀਆਂ ਬੇਟਾ ਵੀ ਨਾ ਦੂਸਰੇ ਦੇ ਬਾਲਟੀ ਵੀ ਦੇ ਦੇ ਅਤੇ ਨਾਲ ਲੱਸੀ ਵੀ ਮੇਰੇ ਕੋਲ ਲਿਆਉਂਦੇ ਬਾਲਟੀ ਵਾਲੀ ਅਤੇ ਬੇਸਣ ਮੈਂ ਲੱਸੀ ਵੀ ਲੈਂਦੀ ਹੈ ਕੋਲ ਅਤੇ ਬੇਸਣ ਛਾਣਨੀ ਹੈ ਅਤੇ ਲੱਸੀ ਦੇਖੋ ਮਾਸ਼ਾਅੱਲਾ ਫਰੈਸ਼ ਲੱਸੀ ਪੀਤੀ ਬੜੀ ਮਜ਼ੇਦਾਰ ਸੀਗੀ ਅਤੇ ਹੁਣ ਮੈਂ ਕਿਹਾ ਥੋੜ੍ਹੀ ਚਲੋ ਕੜੀ ਬਣਾ ਲੈਂਦੇ ਹਾਂ। ਅੱਜ ਪਕੌੜੇ ਪਾ ਕੇ ਨਹੀਂ ਬਣਾਉਣੀ ਹੈਗੀ ਅੱਜ ਅਤੇ ਅੱਜ ਨਾ ਮੈਂ ਪਕੌੜੇ ਪਾ ਕੇ ਨਹੀਂ ਬਣਾਉਣੀ ਹੈ ਬਣਾਉਣੀ ਹੈਗੀ ਕੜੀ ਅੱਜ ਮੈਂ ਸਿਰਫ ਸਾਦਾ ਕੜੀ ਤਿਆਰ ਕਰਨੀ ਹੈ। ਅੱਛਾ ਜੀ ਬੇਸਣ ਅੱਛੀ ਤਰ੍ਹਾਂ ਮੈਂ ਲਿਆ ਛਾਣ ਬਿਸਮਿਲ੍ਲਾ ਕਰਦੀ ਹੁਣ ਬੇਸਣ ਜਿਹੜੀ ਲੱਸੀ ਦੇ ਵਿੱਚ ਮਿਕਸ ਕਰਦੀ ਹਾਂ ਥੋੜ੍ਹਾ ਜਿਹਾ ਵਿੱਚ ਮਿਕਸ ਕਰਦੇ ਪਾਣੀ ਅਤੇ ਬੇਸਣ ਜਿਹੜਾ ਬਿਲਕੁਲ ਅੱਛੀ ਤਰ੍ਹਾਂ ਮਿਕਸ ਕਰਕੇ ਤੈਨੂੰ ਰੱਖ ਦਿੰਦੇ ਅਤੇ ਫਿਰ ਮੈਂ ਪਿਆਜ਼ ਅਤੇ ਆਲੂ ਜਲਦੀ ਜਲਦੀ ਬਣਾ ਲੈਂਦੀ ਹਾਂ ਫਿਰ ਜਲਦੀ ਜਲਦੀ ਖਾਣਾ ਤਿਆਰ ਕਰਦੀ ਹਾਂ ਅਤੇ ਇਨਸ਼ਾਅੱਲਾ ਫਿਰ ਮੈਂ ਆਪਣੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰਦੀ ਹਾਂ। ਅੱਛਾ ਜੀ ਆਲੂ ਅੱਛੀ ਤਰ੍ਹਾਂ ਵਾਸ਼ ਕਰ ਲਿਆਂਦੇ ਤੁਹਾਨੂੰ ਆਲੂ ਬਣਾਉਣੀ ਹੈ ਬੇਸਣ ਤਿਆਰ ਕਰ ਲਿਆ ਮੈਂ ਆਲੂ ਬਣਾ ਕੇ ਅਤੇ ਹੁਣ ਜਿਹੜੇ ਬਰੀਕ ਬਰੀਕ ਕਰ। ਅੱਛਾ ਜੀ ਸਾਰਾ ਸਮਾਨ ਮੈਂ ਰੈਡੀ ਕਰ ਚੁੱਕੀ ਹਾਂ ਸਮਾਨ ਮਾਸ਼ਾਅੱਲਾ ਸਾਰਾ ਹੋ ਗਿਆ ਖਾਣੇ ਦਾ ਤਿਆਰ ਸਭ ਤੋਂ ਪਹਿਲਾਂ ਲਸਣ ਦਾ ਪੇਸਟ ਜਿਹੜਾ ਮੈਂ ਕੁੱਟ ਕੇ ਤਿਆਰ ਕਰ ਲੈਂਦੀ ਹਾਂ ਅਦਰਕ ਲਸਣ ਹਰੀ ਮਿਰਚ ਅਤੇ ਪੇਸਟ ਜਿਹੜੇ ਤਿਆਰ ਕਰਦੀ ਹਾਂ ਤਿਆਰ ਕਰਕੇ ਅਤੇ ਆਲੂ ਵੀ ਮੈਂ ਕੱਟ ਚੁੱਕੀ ਹਾਂ ਜਿਹੜੀ ਖਾਣਾ ਤਿਆਰ ਕਰਦੇ ਹਾਂ ਅਤੇ ਮੇਰੇ ਭੈਣ ਭਾਈ ਅੱਜ ਮੈਂ ਬਣਾਉਣ ਲੱਗੀ ਹਾਂ ਆਲੂ ਕੜੀ ਅੱਗੇ ਪਕੌੜਾ ਕੜੀ ਅੱਜ ਆਲੂ ਕੜੀ ਕਿਉਂਕਿ ਇੱਕ ਵਾਰੀ ਮੈਂ ਉੱਥੇ ਮੈਂ ਸ਼ਹਿਰ ਹੀ ਰਹਿੰਦੀ ਸੀ ਉਦੋਂ ਬਣਾਈ ਸੀਗੀ ਅਤੇ ਮਾਸ਼ਾਅੱਲਾ ਸਾਰਿਆਂ ਨੂੰ ਪਸੰਦ ਕੀਤੀ ਸੀ ਅਤੇ ਮਾਸ਼ਾਅੱਲਾ ਬਣੀ ਵੀ ਬਹੁਤ ਪਿਆਰੀ ਸੀ ਦਾਣੇ ਕੈਮਰੇ ਦੇ ਅੱਗੇ ਆ ਗਿਆ ਇੱਧਰ ਨੂੰ ਭੈਣ ਭਾਈ ਉਹ ਨਹਾ ਕੇ ਅਤੇ ਬੇਸਣ ਦਾ ਪੇਸਟ ਤਿਆਰ ਹੋਇਆ ਜੀ ਨਹੀਂ। ਅੱਛਾ ਜੀ ਮੈਂ ਹਾਂਡੀ 'ਚ ਘੇ ਪਾ ਕੇ ਉੱਪਰ ਰੱਖ ਦਿੱਤਾ ਵਾ ਚੁੱਲ੍ਹਾ ਆਨ ਕਰ ਲਿਆ ਘੇ ਗਰਮ ਹੋ ਜਾਂਦਾ ਫਿਰ ਵਿੱਚ ਪਿਆਜ਼ ਮਿਕਸ ਕਰਦੀ ਹਾਂ ਵਿੱਚ ਲਸਣ ਦਾ ਤਿਆਰ ਪੇਸਟ ਜਿਹੜਾ ਉਹ ਜਲਦੀ ਤਿਆਰ ਕਰ ਦਿੰਦਾ। ਅੱਛਾ ਜੀ ਲਸਣ ਦਾ ਪੇਸਟ ਹੋ ਗਿਆ ਤਿਆਰ ਅਤੇ ਘੇ ਹੋ ਗਿਆ ਇਸ ਤਰ੍ਹਾਂ ਗਰਮ ਪਿਆਜ਼ ਵਿੱਚ ਮਿਕਸ ਕਰ ਦਿੱਤੇ ਹੁਣ ਜਿਵੇਂ ਜਿਵੇਂ ਪਹਿਲੇ ਬਣਾ ਲੈਂਦੀ ਹਾਂ ਕੱਟ ਲਈ ਟਮਾਟਰ ਪਿਆਜ਼ ਜਿਹੜੇ ਗੋਲਡਨ ਬਰਾਊਨ ਹੁੰਦੇ ਥੋੜ੍ਹੇ ਜਿਹੇ ਅਤੇ ਕਿਉਂਕਿ ਮੇਰੇ ਭੈਣ ਲਈ ਅੱਜ ਸੀਗਾ ਹਫ਼ਤਾ ਅਤੇ ਹਫ਼ਤੇ ਵਾਲੇ ਦਿਨ ਇੱਥੇ ਨਾ ਬਾਜ਼ਾਰ ਲੱਗਦਾ ਵਾ ਹਫ਼ਤਾ ਬਾਜ਼ਾਰ ਅਤੇ ਉਦਯੋਗਾਂ ਖਤਮ ਹੋਣ ਘਰ ਜਾਏ ਜੇ ਮੈਂ ਆਪਣੇ ਘਰ ਸ਼ਿਫਟ ਹੋ ਗਈ ਜਾਂ ਖਤਮ ਲਾਉਣਾ ਵਾ ਅਤੇ ਥੋੜ੍ਹੀਆਂ ਚੀਜ਼ਾਂ ਦੀ ਜ਼ਰੂਰਤ ਸੀਗੀ ਅਤੇ ਉਜ਼ਮਾ ਨੇ ਵੀ ਆਉਣਾ ਤੈਬਾ ਨੇ ਵੀ ਆਉਣਾ ਵਾ ਅਤੇ ਹੋਰ ਤਾਂ ਨਹੀਂ ਵੀ ਕਿਸੇ ਨੂੰ ਸੱਦਿਆ ਹੈਗਾ ਅਤੇ ਨਾ ਹਾਂ ਸੱਦਣ ਦੀ ਗੁਜਾਇਸ਼ ਆ ਬਸ ਛੋਟਾ ਜਿਹਾ ਖਤਮ ਲਾਉਣਾ ਇੱਕ ਅਤੇ ਦੂਸਰਾ ਤੈਬਾ ਵੀ ਆਊਗੀ ਉਜ਼ਮਾ ਵੀ ਆਊਗੀ ਇਸ ਵਾਸਤੇ ਅੱਜ ਥੋੜ੍ਹੀਆਂ ਚੀਜ਼ਾਂ ਦੀ ਜ਼ਰੂਰਤ ਸੀਗੀ ਉਹ ਲੈ ਕੇ ਆਈ ਹਾਂ ਮੈਂ ਉਹ ਵੀ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰੂੰਗੀ ਇਨਸ਼ਾਅੱਲਾ ਅਤੇ
ਮੁੰਡੇ ਦੀ ਪਹਿਲੇ ਸਭ ਤੋਂ ਪਹਿਲੇ ਖਾਣਾ ਬਣਾਉਂਦੀ ਹਾਂ। ਖਾਣਾ ਬਣਾ ਕੇ ਅਤੇ ਉਸ ਮੈਂ ਅੱਜ ਮੈਂ ਸ਼ਾਹ ਨੂੰ ਕਾਲ ਕੀਤੀ ਸੀ ਅਤੇ ਸ਼ਾਹ ਕਹਿੰਦਾ ਸੀ ਅਸੀਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਪਹੁੰਚ ਜਾਣਾ ਵਾ ਅਤੇ ਆ ਕੇ ਜਿਹੜਾ ਕੰਮ ਰਹਿੰਦਾ ਵਾ ਅਤੇ ਉਹ ਵੀ ਇਨਸ਼ਾਅੱਲਾ ਨਾਲ ਨਾਲ ਜ਼ਰੂਰ ਕਰਨਗੇ। ਉਹਨਾਂ 'ਚ ਤਾਂ ਸਮਾਨ ਜਿਹੜਾ ਹਨਾਉਂਦੇ ਸਾਰਾ ਇਕੱਠਾ ਸਟਾ ਲੈਂਦੇ ਹੈ ਨਾ ਸਟਾ ਕੇ ਅਤੇ ਫਿਰ ਉਸ ਤੋਂ ਬਾਅਦ ਆਉਣਗੇ ਨਾ ਅਤੇ ਤਿਆਰੀ ਕਰ ਲੈਣੀ ਅਤੇ ਇਕੱਠ ਹੋ ਗਏ ਬਿਸਮਿਲਾ ਕਰ ਦੇਣੀ, ਨਾਲ ਟਮਾਟਰ ਮਿਕਸ ਕਰ ਦੇਣੀ ਅਤੇ ਨਾਲ ਮਿਕਸ ਕਰ ਦਿੰਦੀ ਹਾਂ ਲਸਣ ਔਰ ਅਦਰਕ ਅਤੇ ਹਰੀ ਮਿਰਚੀ ਦਾ ਪੇਸਟ ਤਿਆਰ ਕੀਤਾ ਹੋਇਆ ਇਹ ਬਿਸਮਿਲਾ ਕਰ ਦੇਣੀ। ਨਾਲ ਮਦਾਲੀ ਪਿੱਛੇ ਹੋ ਜਾ ਮੇਰੇ ਪਿੱਛੇ ਹੋ ਜਾ ਸੋਨੇ ਅਤੇ ਨਾਇਆ ਫਾਤਮਾ ਜੀ ਅੰਦਰ ਸੁੱਤੀ ਪਈ ਅਤੇ ਨਾਇਆ ਫਾਤਮਾ ਨੂੰ ਮੰਦਾ ਸੀ ਦੋਨਾਂ ਨੇ ਮੇਰੇ ਮੰਮਾ ਨੂੰ ਆਖਿਆ ਜੀ ਅਤੇ ਕੱਪੜੇ ਪਾਏ। ਅੱਛਾ ਜੀ ਮੱਛੀ ਮਸਾਲਾ ਜਿਹੜਾ ਮਾਸ਼ਾਅੱਲਾ ਫਰਾਈ ਹੋ ਚੱਲਿਆ ਵਾ ਹੁਣ ਵਿੱਚ ਪਾਊਡਰ ਮਸਾਲੇ ਮਿਕਸ ਕਰਦੀ ਹਾਂ। ਅੱਛਾ ਜੀ ਹੁਣ ਲੱਗੀ ਵਿੱਚ ਪਾਊਡਰ ਮਸਾਲੇ ਮਿਕਸ ਕਰਨ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਰੈੱਡ ਮਿਰਚ ਦਾ ਪਾਊਡਰ 2 ਚਮਚ ਹੁਣ ਮੈਂ ਮਿਕਸ ਕਰ ਦਿੰਦੀ ਹਾਂ ਵਿੱਚ ਹਲਦੀ ਦਾ ਪਾਊਡਰ। ਅੱਛਾ ਜੀ ਮੈਂ ਮਿਕਸ ਕਰ ਦਿੱਤੀ ਹਲਦੀ ਦਾ ਪਾਊਡਰ ਅਤੇ ਨਮਕ ਮਰੀਆਂ ਮਿਰਚ ਡੱਬੇ ਵਿੱਚ ਪਾ ਕੇ ਲੈ ਕੇ ਆਉਣ ਲੱਗੀ ਹੈ ਅਤੇ ਫਿਰ ਨਾਲ ਨਮਕ ਜਿਹੜਾ ਉਹ ਵੀ ਵਿੱਚ ਮਿਕਸ ਕਰ ਦਿੱਤਾ। ਅੱਛਾ ਜੀ ਹੁਣ ਵਿੱਚ ਮਿਕਸ ਕਰ ਲੱਗੀ ਨਮਕ ਕੰਮ ਨਾ ਹੋਵੇ ਥੋੜ੍ਹਾ ਜਿਹਾ ਹੋਰ ਵਿੱਚ ਮਿਕਸ ਕਰ ਦਿੱਤਾ ਉਹ। ਅੱਛਾ ਜੀ ਨਾਲ ਮਿਕਸ ਕਰ ਲੱਗੀ ਆਲੂ ਅਤੇ ਮਸਾਲੇ ਦੇ ਨਾਲ ਇਹ ਵੀ ਥੋੜ੍ਹੇ ਜਿਹੇ ਬਣਾਈ ਹੋਜੂਗੀ ਆਲੂ ਅਤੇ ਮਸਾਲੇ ਦੀ ਇਸ ਤਰ੍ਹਾਂ ਬਣਾਈ ਕਰਕੇ ਅਤੇ ਫਿਰ ਵਿੱਚ ਜਿਹੜਾ ਲੱਸੀ ਵਿੱਚ ਮਿਕਸ ਕਰਕੇ ਰੱਖਿਆ ਪਿਆ ਵਾ ਅਤੇ ਫਿਰ ਇਹਨਾਂ ਨੂੰ ਵਿੱਚ ਮਿਕਸ ਕਰ ਦੇਈ। ਅੱਛਾ ਜੀ ਮਾਸ਼ਾਅੱਲਾ ਆਲੂ ਵੀ ਅਤੇ ਮਸਾਲਾ ਅੱਛੀ ਤਰ੍ਹਾਂ ਫਰਾਈ ਹੋ ਚੁੱਕਾ ਵਾ ਅਤੇ ਹੁਣ ਮੈਂ ਵਿੱਚ ਮੈਂ ਮਿਕਸ ਕਰਦੀ ਹਾਂ ਬੇਸਣ ਅਤੇ ਲੱਸੀ ਜਿਹੜਾ ਮਿਕਸ ਕੀਤਾ ਹੋਇਆ। ਅੱਛਾ ਜੀ ਬੇਸਣ ਜਿਹੜਾ ਨਾ ਮਸਾਲਾ ਅੱਛੀ ਤਰ੍ਹਾਂ ਫਰਾਈ ਹੋ ਚੁੱਕਾ ਨਾ ਤਾਂ ਜਾ ਨਾ ਨਾਇਆ ਫਾਤਮਾ ਕੋਲ ਚਲ ਜਾਓ ਤਬੀਅਤ ਨਹੀਂ ਠੀਕ ਹੈਗੀ ਨਾ ਤਾਂ ਫਿਰ ਜ਼ਿੱਦ ਕਰਨ ਦੀ ਹੈ। ਲੱਸੀ ਸਾਰੀ ਪਾ ਦਿੱਤੀ ਵਿੱਚ ਹੁਣ ਕੜੀ ਦੇ ਕੋਲ ਹੀ ਬੈਠਾ ਮੈਂ ਕੋਲ ਖਾਣ ਜਿੰਨਾ ਜੀ ਕੜੀ ਨੂੰ ਬਣਾਉਣਾ ਆ ਗਿਆ। ਅੱਛਾ ਜੀ ਮੈਂ ਮਸਾਲਾ ਜਿਹੜਾ ਧਨੀਆ ਸੁੱਕਾ ਮਸਾਲਾ ਇਹ ਕੁੱਟ ਲਿਆ ਅਤੇ ਹੁਣ ਵਿੱਚ ਮਿਕਸ ਕਰਨ ਲੱਗੀ ਹਾਂ ਧਨੀਆ। ਸਭ ਤੋਂ ਪਹਿਲੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਧਨੀਆ ਅੱਛੀ ਤਰ੍ਹਾਂ ਮਿਕਸ ਕਰ ਦਿੱਤਾ ਵਿੱਚ ਖਾਣੇ ਦੇ ਅਤੇ ਹੁਣ ਮੈਂ ਨਾਲ ਮਸਾਲਾ ਵੀ ਮਿਕਸ ਕਰ ਦਿੰਦੀ ਹਾਂ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕੜੀ ਮਾਸ਼ਾਅੱਲਾ ਮੇਰੀ ਬਣ ਕੇ ਹੋ ਚੱਲੀ ਤਿਆਰ ਆਲੂ ਕੜੀ। ਮਸਾਲਾ ਮਿਕਸ ਕਰ ਦਿੱਤਾ ਵਿੱਚ ਥੋੜ੍ਹਾ ਜਿਹਾ ਹੋਰ ਸੇਕ ਲਵਾਵਾਂਗੇ। ਅੱਛਾ ਜੀ ਮਾਸ਼ਾਅੱਲਾ ਕੜੀ ਬਣ ਕੇ ਵੀ ਤਿਆਰ ਹੋ ਚੁੱਕੀ ਹੈ ਕੜੀ ਬਣ ਗਈ ਹੈ ਅਤੇ ਦੁੱਧ ਵੀ ਉਬਾਲ ਲਿਆ ਵਾ ਦੁੱਧ ਉਬਾਲ ਲਿਆ ਬੱਚਿਆਂ ਵਾਸਤੇ ਵੀ ਕੋਈ ਥੋੜ੍ਹੀ ਬਿੱਤੀ ਵਿੱਚ ਚਾਹ ਬਣਾਵਾਂਗੇ ਦੁੱਧ ਵੀ ਉਬਲ ਗਿਆ ਨਾਲ ਹੀ ਨਾਲ ਬੈਠੀਏ ਸਾਰੇ ਕੰਮ ਜਿਹੜੇ ਨਿਬੇੜ ਦੇਵਾਂ। ਅੱਛਾ ਜੀ ਮੇਰੇ ਭੈਣ ਭਾਈਓ ਖਾਣਾ ਮਾਸ਼ਾਅੱਲਾ ਬਣ ਕੇ ਤਿਆਰ ਹੋ ਗਿਆ ਸੀਗਾ ਅਤੇ ਮੈਂ ਹੁਣ ਇੱਥੇ ਇਹਨਾਂ ਵਾਸਤੇ ਰੋਟੀ ਲੈ ਕੇ ਆਈ ਹਾਂ ਪਲਾਟ 'ਤੇ ਮਾਸ਼ਾਅੱਲਾ ਖਾਣਾ ਖਾ ਲਿਆ ਵਾ ਆਪਦਾ ਭੈਣ ਵੀ ਆਈ ਹੈ ਸਾਜ ਦਾ ਭੈਣ ਵੀ ਆਈ ਹੈ ਦੋਨੋਂ ਆਈਆਂ ਹਾਂ ਅੱਜ ਮੈਂ ਇਹਨਾਂ ਦੇ ਅੱਬੂ ਵਾਸਤੇ ਨਹੀਂ ਲੈ ਕੇ ਆਈ। ਅਸਲਾਮ ਅਲੈਕੁਮ। ਹਾਂਜੀ ਕਿਉਂਕਿ ਇਹ ਅੱਜ ਨਾ ਦਾਊਦ ਖਾ ਕੇ ਆਏ ਆ ਅੱਜ ਮੈਂ ਗਿਆ ਸੀ ਮਲਾਜ਼ ਸ਼ਰੀਫ 'ਤੇ। ਹਾਂਜੀ ਮਾਸ਼ਾਅੱਲਾ ਮਲਾਜ਼ 'ਤੇ ਗਏ ਸੀ ਬਹੁਤ ਅੱਛਾ ਸੀ ਮਲਾਜ਼ ਸ਼ਰੀਫ। ਹਾਂਜੀ ਮੌਲਵੀ ਨੂੰ ਅੱਛਾ ਬਿਆਨ ਕੀਤੇ ਹੈਗੇ ਦਿਲ ਨੂੰ ਸਕੂਨ ਆ ਗਿਆ ਮੌਲਵੀ ਬਿਆਨ ਬਿਲਕੁਲ ਬਹੁਤ ਹੀ ਅੱਛਾ ਪੜਿਆ ਮੌਲਵੀ। ਹਾਂਜੀ ਅੱਲਾ ਪਾਕ ਸਭ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਸੋਹਣੇ ਦੀ ਮਹਿਫਲ ਮੇਰੇ ਭੈਣ ਬਈਓ ਸੁਣਨ ਜਾਣੀ ਚਾਹੀਦੀ। ਸਾਡੇ ਤਾਂ ਉਧਰ ਮਹੱਲੇ ਵਿੱਚੋਂ ਆਇਆ ਸੁਨੇਹਾ ਉਹਦੇ ਮੇਰੀ ਤਬੀਅਤ ਹੀ ਬਹੁਤ ਕਾਫੀ ਖਰਾਬ ਹੋ ਗਈ ਸੀ ਮੇਰੇ ਕੋਲ ਨਾ ਹੀ ਜਾ ਹੋਇਆ ਅਤੇ ਦੂਸਰਾ ਫਿਰ ਉਹਦਾ ਨਾਮ ਹੀ ਗਈ ਅੱਜ ਤਾਂ ਅੱਜ ਫਿਰ ਆਇਆ ਸੀ ਸੁਨੇਹਾ ਉੱਥੇ ਮਰਦਾਂ ਦਾ ਮਿਲਾਦ ਸੀਗਾ ਅੱਜ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਜਾਓ ਜਾ ਕੇ ਅਤੇ ਮਿਲਾਦ 'ਤੇ ਹੋ ਕੇ ਆਵੋ
ਅਤੇ ਸਾਡੇ ਨਾਲ ਸਭ ਵਾਸਤੇ ਦੁਆ ਕਰਕੇ ਆਈਓ ਅਤੇ ਅੱਲਾਹ ਪਾਕ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਆਪਣੇ ਜ਼ੁਮਾਨ 'ਚ ਰੱਖੇ ਆਮੀਨ ਸੁਮਾਮੀਨ। ਅਤੇ ਅੱਛਾ ਜੀ ਮੇਰੇ ਭੈਣ ਭਾਈਓ, ਇਹ ਸੀ ਸਾਡੀ ਅੱਜ ਦੀ ਵੀਡੀਓ। ਅਗਰ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਵਿੱਚ ਸਾਨੂੰ ਜ਼ਰੂਰ ਦੱਸੀ ਆਪਣੀਆਂ ਦੁਆਵਾਂ ਸਨ ਬੋਏ ਯਾਦ ਰੱਖਿਓ। ਅਸੀਂ ਵੀ ਆਪਣੇ ਭੈਣ ਭਾਈਆਂ ਨੂੰ ਹਰ ਟਾਈਮ ਯਾਦ ਰੱਖਦੇ। ਅੱਲਾਹ ਪਾਕ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਬਿਮਾਰਾਂ ਨੂੰ ਸ਼ਿਫਾ ਦੇਵੇ, ਜਿਹੜਾ ਬੇਰੋਜ਼ਗਾਰ ਅੱਲਾਹ ਤਾਲਾ ਰੋਜ਼ ਤਫਸੀਲਾ ਦੇਵੇ, ਜਿਹੜਾ ਵੀ ਔਲਾਦ ਅੱਲਾਹ ਤਾਲਾ ਨੇਕ ਔਰ ਸਾਲੀ ਔਲਾਦ ਦੇਵੇ, ਜਿਹੜਾ ਬਿਮਾਰ ਅੱਲਾਹ ਤਾਲਾ ਕਾਮਲ ਸ਼ਿਫਾ ਦੇਵੇ, ਸਭ ਨੂੰ ਰਿਜ਼ਕੇ ਹਲਾਲ ਦੇਵੇ। ਆਮੀਨ ਆਮੀਨ ਸੁਮਾਮੀਨ। ਅਤੇ ਜਿੰਨੀ ਮੇਰੀ ਤਮਾਮ ਯੂਟਿਊਬ ਫੈਮਿਲੀ ਮੈਨੂੰ ਦੇਖਦੀ ਹੈ, ਇਹਨਾਂ ਨੂੰ ਦਿਲ ਦੇ ਸ਼ੁਕਰੀਆ। ਅਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ। ਸਾਨੂੰ ਇਜਾਜ਼ਤ, ਅੱਲਾ ਹਾਫਿਜ਼।